ਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਪੰਜਾਬੀਆਂ ਦੇ ਹੱਕ ਦੇ ਵਿੱਚ ਇੱਕ ਹੋਰ ਫੈਸਲਾ ਸੁਣਾਇਆ ਗਿਆ ਤੇ ਫੈਸਲਾ ਜੋ ਹੈ ਰਜਿਸਟਰੀਆਂ ਨੂੰ ਲੈ ਕੇ ਸੁਣਾਇਆ ਗਿਆ ਕਿ ਪੰਜਾਬ ਦੇ ਵਿੱਚ ਹੁਣ ਰਜਿਸਟਰੀਆਂ ਦੇ ਉੱਤੇ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਬਕਾਇਦਾ ਸੀ ਹੈ ਮਾਨ ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਐਨਓਸੀ ਦੀ ਸ਼ਰਤ ਦੇ ਨਾਲ ਛੇਤੀ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਕਿਉਂਕਿ ਸੀਐਮ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਯਾਨੀ ਕਿ ਪੰਜਾਬ ਦੇ ਵਿੱਚ ਹੁਣ ਰਜਿਸਟਰੀ ਕਰਵਾਉਣ ਦੇ ਲਈ ਐਨਓਸੀ ਦੀ ਲੋੜ ਨਹੀਂ ਪਵੇਗੀ ਬਕਾਇਦਾ ਸੀਐਮ ਮਾਨ ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਕੀ ਡਿਟੇਲ ਦੇ ਵਿੱਚ ਜਾਣਕਾਰੀ ਜੋ ਹੈ ਥੋੜੀ ਜੇਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਕੈਬਨ ਮੰਤਰੀ ਅਮਨ अरोड़ा ਦੇ ਵੱਲੋਂ ਜੋ ਹੈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਜਿਹੇ ਦੇ ਵਿੱਚ ਜੋ ਮੰਗ ਕੀਤੀ ਜਾ ਰਹੀ ਸੀ ਕਿ ਰਜਿਸਟਰੀਆਂ ਦੇ ਉੱਤੇ ਐਨਓਸੀ ਦੀ ਸ਼ਰਤ ਨੂੰ ਖਤਮ ਕੀਤਾ ਜਾਏ ਲੋਕਾਂ ਦੇ ਹੱਕ ਦੇ ਵਿੱਚ ਇਹ ਵੱਡਾ ਫੈਸਲਾ ਸੁਨਾ ਦਿੱਤਾ ਗਿਆ ਹੈ ਸੀਐਮ ਮਾਨ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਹੁਣ ਰਜਿਸਟਰੀਆਂ ਦੇ ਉੱਤੇ ਨੋ ਐਨਓਸੀ ਯਾਨੀ ਕਿ ਐਨਓਸੀ ਦੀ ਸ਼ਰਤ ਤੋਂ ਛੇਤੀ ਰਾਹਤ ਮਿਲ ਜਾਵੇਗੀ ਐਨਓਸੀ ਦੀ ਲੋਡ ਜਿਹੜੀ ਹੈ ਨਹੀਂ ਪਵੇਗੀ ਰਜਿਸਟਰੀਆਂ ਕਰਵਾਉਣ ਦੇ ਲਈ ਹਾਲਾਂਕਿ ਇਸ ਦੀ ਤਰੀਕ ਜੀ ਜਾਣਕਾਰੀ ਅਜੇ ਤੱਕ ਸਾਂਝੀ ਨਹੀਂ ਕੀਤੀ ਗਈ ਕਿ ਕਦੋਂ ਤੋਂ ਇਹ ਫੈਸਲਾ ਲਾਗੂ ਹੋਣ ਵਾਲਾ ਹੈ ਹਰ ਕਿਸਮ ਦੀ ਰਜਿਸਟਰੀਆਂ ਦੇ ਉੱਤੇ ਇਹ ਫੈਸਲਾ ਜੋ ਹੈ ਲਾਗੂ ਹੋਏਗਾ ਹਾਲਾਂਕਿ ਇਸ ਦੀ ਡਿਟੇਲ ਦੇ ਵਿੱਚ ਜਾਣਕਾਰੀ ਆਉਣੀ ਬਾਕੀ ਹੈ ਕਿ ਕਿਸ-ਕਿਸ ਕੈਟਾਗਰੀ ਦੇ ਤਹਿਤ ਜੋ ਹੈ ਇਹ ਰਹਾਤ ਮਿਲਣ ਵਾਲੀ ਹੈ ਤਾਂ ਵੱਡੀ ਖਬਰ ਹੈ ਕਿ ਸੀਐਮ ਆਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬੀਆਂ ਦੇ ਹੱਕਾਂ ਨੂੰ ਲੈ ਕੇ ਕਿ ਰਜਿਸਟਰੀਆਂ ਦੇ ਉੱਤੇ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਜਿਸ ਕਰਕੇ ਜ਼ਮੀਨਾਂ ਦੀ ਖਰੀਦਣ ਵੇਲੇ ਜਾਂ ਵੇਚਣ ਵੇਲੇ ਜੋ ਹੈ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਕਾਫੀ ਲੰਮਾ ਪ੍ਰੋਸੈਸ ਹੋ ਜਾਂਦਾ ਸੀ ਪਰ ਹੁਣ ਉਸ ਤੋਂ ਪੰਜਾਬੀਆਂ ਨੂੰ ਰਾਹਤ ਮਿਲੇਗੀ एनओसी दी शर्त खेती खत्म कीती जाएगी कैमरन मंत्री अमन अरोड़ा ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਲੋਕਾਂ ਦੇ ਸੁਝਾਅ ਲਈ ਜਾ ਰਹੇ ਸਨ ਤੇ ਲੋਕਾਂ ਦੇ ਵੱਲੋਂ ਵੀ ਏ ਮੰਗ ਕੀਤੀ ਜਾਰੀ ਸੀ ஏ ਤੋਂ ਤਾਂ ਕਿ बिजनेसमैन ਵੀ ਮੰਗ ਕਰ ਰਹੇ ਸਨ ਕਿ ਇਹ ਜੋ ਰਜਿਸਟਰੀਆਂ ਦੇ ਉੱਤੇ ਐਨਓਸੀ ਦੀ ਸ਼ਰਤ ਹੈ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਲੋਕਾਂ ਦੀ ਮੰਗ ਨੂੰ ਸੀਏ ਮਾਨ ਦੇ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਪੰਜਾਬ ਦੇ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਦੇ ਉੱਤੇ ਐਨਓਸੀ ਵਾਲੀ ਸ਼ਰਤ ਜਿਹੜੀ ਹੈ ਖਤਮ ਹੋ ਰਹੀ ਹੈ ਹਾਲਾਂਕਿ ਇਸ ਬਾਬਤ ਡਿਟੇਲ ਦੇ ਵਿੱਚ ਜਾਣਕਾਰੀ ਥੋੜੀ ਦੇਰ ਦੇ ਵਿੱਚ ਸਾਂਝੀ ਕੀਤੀ ਜਾਏਗੀ 12 ਵਜੇ ਦੇ ਕਰੀਬ ਜੋ ਹੈ ਸੀਐਮ ਮਾਨ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਕਿ ਕਿਵੇਂ ਹਰ ਕਿਸਮ ਦੀ ਰਜਿਸਟਰੀ ਦੇ ਉੱਤੇ ਐਨਓਸੀ ਦੀ ਸ਼ਰਤ ਖਤਮ ਛੇਤੀ ਹੋ ਜਾਵੇਗੀ